ਕਦੇ ਕਿਤੇ ਰੈਲੀ ਹੋ ਜਾਂਦੀ ਹੈ, ਕਦੇ ਕੇਜਰੀਵਾਲ ਕਰਦਾ, ਕਦੇ ਬਾਦਲ ਕਰਦਾ, ਕੋਈ ਜਿੱਤਿਆ? ਇਹਨਾਂ ਨੂੰ ਵੀ ਘੇਰੋ, ਇਹਨੂੰ ਕਿਉਂ ਨਹੀਂ ਘੇਰਦੇ? ਕਿਉਂਕਿ ਇਹ ਇਕੱਠ ਕਰਕੇ, ਪੰਜਾਬ 'ਚ ਇਕੱਠ ਕਰਕੇ ਕਿਸਾਨਾਂ ਦੀ એનર્ਜੀ ਘਟਾ ਰਹੇ ਆ। ਇਹ ਸਭ ਤੋਂ ਵੱਡੇ ਦੁਸ਼ਮਣ ਆ, ਇਹ ਮੋਦੀ ਦੇ ਯਾਰ ਆ ਜਿਹੜੇ ਹੁਣ ਰੈਲੀਆਂ ਕਰ ਰਹੇ ਆ। ਫਿਰ ਇੱਕ ਗੱਲ ਟਕੈਤ ਸਾਹਿਬ ਨੂੰ ਵੀ ਕਹੋ, ਆਪਾਂ ਬੈਠੇ ਹਾਂ ਆਪਸ ਵਿੱਚ, ਗੱਲ ਸੱਚੀ ਕਰਨੀ ਹੈ। ਅਤੇ ਉਹਦੀ ਸਟੇਜ 'ਤੇ ਸੁਖਬੀਰ ਕੀ ਲੈਣ ਗਿਆ? ਮੋਦੀ ਨੇ ਭੇਜਿਆ, ਕੀ ਲੈਣ ਗਿਆ? ਇੱਥੇ ਚਿੱਟਾਲਾ ਕਿਉਂ ਬੋਲ ਕੇ ਗਿਆ? ਕਿਉਂ ਬੋਲ ਕੇ ਗਿਆ ਬਈ? ਕੇਜਰੀਵਾਲ ਕੀ ਲੈਣਾ ਆਇਆ ਇੱਥੇ? ਜੇ ਸਿਆਸੀ ਨਹੀਂ ਤਾਂ ਤਾਂ ਫਿਰ ਦਾਤੀ ਸਿੱਟਾ ਕੀ ਚੀਜ਼ ਆ ਬਈ? ਦੱਸੋ, ਉਹ ਸਿਆਸੀ ਨਹੀਂ, ਦਾਤੀ ਦੌੜਾ ਕੀ ਚੀਜ਼ ਹੈ? ਉਹ ਸਿਆਸੀ ਨਹੀਂ ਗਾ। ਫਿਰ ਸਾਰੀਆਂ ਗੱਲਾਂ ਸੱਚੀਆਂ ਕਰੋ, ਇਹ ਸੱਚੀਆਂ ਗੱਲਾਂ ਹੁੰਦੀਆਂ ਰਹਿਣੀਆਂ। ਜਿੰਨਾ ਚਿਰ ਤੁਸੀਂ ਸੱਚ ਨਹੀਂ ਕਰਦੇ ਉਨਾ ਚਿਰ ਗੱਲ ਨਹੀਂ ਬਣਨੀ। ਅਸੀਂ ਲੜਨ ਨੂੰ ਵੀ ਤਿਆਰ ਹਾਂ, ਅਸੀਂ ਮਰਨ ਨੂੰ ਵੀ ਤਿਆਰ ਹਾਂ, ਅਸੀਂ ਤਾਂ ਭਾਈ ਫਰਜ਼ ਕਰਦੇ ਹਾਂ। ਹੁਣ ਚੜੂਨੀ ਸਾਹਿਬ ਨੇ ਕਿਹਾ ਕਿ ਆਪਾਂ ਜਾਣਾ ਪਾਰਲੀਮੈਂਟ ਦੇ ਅੰਦਰ ਵੀ ਵੜਾਂਗੇ, ਫਿਰ ਹੁਣ ਸਪੀਕਰ ਦੀ ਕੁਰਸੀ 'ਤੇ ਵੀ ਬੈਠਾਂਗੇ। ਹਾਂ, ਜਦੋਂ ਖਾਲੀ ਹੈ ਕੰਮ, ਫਿਰ ਬੈਠਣਾ ਤਾਂ ਸਿੱਖਾਂ ਨਹੀਂ ਹੈ, ਫਿਰ ਉਹਦੇ 'ਤੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠਾਂਗੇ। ਉੱਥੇ ਬੈਠ ਕੇ ਅਸੀਂ ਕਿਹਾ ਕਰਾਂਗੇ, ਭਾਈ ਸਾਡੇ ਨਾਲ ਗੱਲ ਕਰ ਲਓ ਇੱਥੇ ਆ ਕੇ, ਜੇ ਤੁਹਾਡੇ ਕੋਲ ਸਮਾਂ ਨਹੀਂ ਪਾਰਲੀਮੈਂਟ 'ਚ ਬੈਠ ਕੇ, ਤਾਂ ਹੁਣ ਅਸੀਂ ਪਾਰਲੀਮੈਂਟ 'ਚ ਖੋਦਾਂਗੇ, ਸਾਡੇ ਨਾਲ ਤੁਸੀਂ ਇੱਥੇ ਆ ਕੇ ਗੱਲ ਕਰ ਲਓ, ਅਸੀਂ ਅੰਦਰ ਬੈਠੇ ਤੁਸੀਂ ਬਾਹਰ ਕਰੋ, ਪਰ ਅਸੀਂ ਮਾਹੌਲ ਨਹੀਂ ਖਰਾਬ ਕਰਾਂਗੇ, ਸ਼ਾਂਤਮਈ ਰਵਾਂਗੇ। ਪੰਜਾਬ ਨਿਊਜ਼ ਦੇਖ ਰਹੇ ਸਾਰੇ ਹੀ ਦੇਸ਼ ਦੇ ਦਰਸ਼ਕਾਂ ਦਾ ਮੈਂ ਹਰਜੀਤ ਕੌਰ ਸਵਾਗਤ ਕਰ ਦਰਸ਼ਕੋ, ਆਪ ਜੀ ਨੂੰ ਪਤਾ ਹੈਗਾ ਕਿ ਲਗਾਤਾਰ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨ ਡਟੇ ਹੋਏ ਨੇ, ਤਾਂ ਕਿਸਾਨੀ ਅੰਦੋਲਨ ਚੱਲ ਰਿਹਾ ਉੱਥੇ ਹੀ। ਜਿੱਥੇ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਦੀ ਮਾਨ ਦੀ ਗੱਲ ਕਰੀਏ, ਤਾਂ ਜਦੋਂ ਤੋਂ ਨੌਜਵਾਨਾਂ ਦੀ ਫੜੋ ਫੜਾਈ ਸ਼ੁਰੂ ਹੋ ਚੁੱਕੀ ਸੀ, ਤਾਂ ਉਦੋਂ ਤੋਂ ਉਹਨਾਂ ਨੇ ਜੇਲ੍ਹ ਭਰੋ ਅੰਦੋਲਨ ਆ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀ, ਤਾਂ ਜੋ ਸਾਡੇ ਜਥੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਜਾ ਕੇ ਡੱਕੇ ਜਾਣਗੇ। ਜੇਲ੍ਹ ਭਰੋ ਅੰਦੋਲਨ ਜਿਹੜਾ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ, ਤਾਂ ਤੁਸੀਂ ਦੇਖ ਸਕਦੇ ਹੋ ਅੱਜ ਵੀ ਸਾਡੇ ਨਾਲ ਜਸਕਰਨ ਸਿੰਘ ਕਾਂਤ ਜੀ ਮੌਜੂਦ ਹੈ, ਨਾਲ ਸਾਡੀਆਂ ਬੀਬੀਆਂ ਮੌਜੂਦ, ਜਿਹੜੇ ਕਿ ਅੱਜ 7ਵਾਂ ਜਥਾ ਇਹਨਾਂ ਵੱਲੋਂ ਦਿੱਲੀ ਨੂੰ ਕੂਚ ਕਰ ਰਿਹਾ, ਗ੍ਰਿਫਤਾਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ। ਇਹ ਉਹੀ ਭੈਣਾਂ ਨੇ, ਕਿਸੇ ਦਾ ਪਤੀ, ਕਿਸੇ ਦਾ ਪਿਓ, ਜਿਹੜਾ ਕਿ ਤਿਹਾੜ ਜੇਲ੍ਹ ਦੇ ਵਿੱਚ ਆਪਣੇ ਦਿਨ ਕੱਟ ਕੇ ਆਏ ਨੇ। ਸੋ ਗੱਲਬਾਤ ਕਰ ਲੈਣੇ ਇਹਨਾਂ ਨਾਲ। ਸਭ ਤੋਂ ਪਹਿਲਾਂ ਜਸਕਰਨ ਸਿੰਘ ਕਾਹਨ ਜੀ ਦਾ ਸਵਾਗਤ ਕਰਦੇ ਹਾਂ, ਧੰਨਵਾਦ। ਸਭ ਤੋਂ ਪਹਿਲਾਂ ਪੰਜਾਬ ਨਿਊਜ਼, ਭੈਣ ਮੇਰੀ ਹਰਜੀਤ ਕੌਰ ਅਤੇ ਸਮੁੱਚੀ ਟੀਮ, ਜਿਨ੍ਹਾਂ ਨੇ ਸਦਾ ਪੰਥ ਅਤੇ ਕੌਮ ਅਤੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਬਾਬਾ ਮਾਨ ਸਿੰਘ, ਬਾਬਾ ਰਾਜਾ ਰਾਜ ਸਿੰਘ ਤਰਨਾ ਦਲ, ਉਹਨਾਂ ਨੇ ਅੱਜ ਜਥੇ ਦਾ ਬਹੁਤ ਵੱਡਾ ਸਵਾਗਤ ਕੀਤਾ। ਆਨੰਦਗੜ੍ਹ ਕਿਲ੍ਹੇ ਵਾਲਿਆਂ ਨੇ ਸਵਾਗਤ ਕੀਤਾ ਅਤੇ ਆਪਣੇ ਦੁਆਬਾ ਲੰਗਰ ਵਾਲੇ ਲੰਗਰ ਛਕਾਏ ਆ। ਅੱਜ ਅਸੀਂ 26 ਜਨਵਰੀ ਨੂੰ ਜੋ ਸੰਯੁਕਤ ਮੋਰਚੇ ਦੇ ਕਹੇ 'ਤੇ 26 ਜਨਵਰੀ ਨੂੰ ਜਾਣ ਦਾ ਐਲਾਨ ਕੀਤਾ ਸੀ ਅਤੇ ਉਦੋਂ ਬਾਅਦ ਮੋਰਚੇ ਵਾਲੇ ਪਤਾ ਨਹੀਂ ਉਹਨਾਂ ਨੂੰ ਕੀ ਡਰ ਬਹਿ ਗਿਆ ਅਤੇ ਜਿਹੜੇ ਨੌਜਵਾਨ ਸੀ ਸਾਡੇ ਸ਼ਾਂਤਮਈ ਸੀ, ਬੜੇ ਲਿਆਕਤਮੰਦ ਸੀ, ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ ਆ ਕੇ ਉਹ 27 ਤਰੀਕ ਦੇ ਨਵੰਬਰ ਦੇ ਇੱਥੇ ਬੈਠੇ ਆ। ਨਾ ਉਹਨਾਂ ਨੇ ਖੜਕਾ ਕੀਤਾ, ਨਾ ਦੜਕਾ ਕੀਤਾ, ਨਾ ਕਿਸੇ ਨੂੰ ਤੰਗ ਕੀਤਾ, ਬੜੇ ਲਿਆਕਤਮੰਦ ਨੌਜਵਾਨ ਸੀ। ਅਤੇ ਫਿਰ ਟਰੈਕਟਰ ਲੱਖ ਤੋਂ ਵੱਧ ਜਦੋਂ ਇਕੱਠੇ ਕਰ ਲਏ ਤਾਂ ਫਿਰ ਉੱਥੇ ਜਾਣ ਨੂੰ ਤਿਆਰੀ ਕੀਤੀ। ਮੋਦੀ ਨੇ ਕਿਹਾ ਮੈਂ ਗਣਤੰਤਰ ਦੀ ਪਰੇਡ ਕਰਨੀ ਹੈ ਅਤੇ ਅਸੀਂ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਸਭ ਤੋਂ ਪਹਿਲਾਂ ਟਰੈਕਟਰ ਲੈ ਕੇ ਬਰਾੜੀ ਪਹੁੰਚ ਗਏ ਸੀ, ਦਿੱਲੀ ਪਹੁੰਚ ਗਏ ਸੀ। ਅਸੀਂ ਕਿਹਾ ਸੀ ਅਸੀਂ ਕਿਸਾਨ ਖਾਲਸਾ ਪਰੇਡ ਕਰਨੀ, ਉਹ ਕਰ ਦਿੱਤੀ ਅਸੀਂ। ਅਤੇ ਇਹ ਸਾਡੇ ਵੀਰਾਂ ਨੇ ਕਿਹਾ ਸੀ ਅਸੀਂ ਟਰੈਕਟਰ ਪਰੇਡ ਕਰਾਂਗੇ, ਉਹਦੇ ਮੁਤਾਬਕ ਸਾਰੇ ਇਕੱਠੇ ਹੋਏ ਸੀ। ਉਦੋਂ ਬਾਅਦ ਹਾਲਾਤਾਂ ਦੇ ਨਾਲ ਬਦਲਾ ਹੁੰਦਾ ਗਿਆ। ਮੈਂ ਕਹਿਣਾ ਵੀ ਜੇ ਕਿਤੇ ਨੌਜਵਾਨ ਜਾਂ ਆਪਾਂ ਸਾਰੇ ਨਾ ਜਾਂਦੇ 26 ਤਰੀਕ ਨੂੰ ਤਾਂ ਤੁਸੀਂ ਉਹਦੇ ਮੋਰਚਾ ਹਾਰ ਜਾਣਾ। ਉਹ ਕਹਿਣਗੇ ਵੀ ਲੱਖ ਟਰੈਕਟਰ ਇਕੱਠਾ ਕਰ ਰਹੇ ਅਤੇ ਬਾਰਡਰ ਤਾਂ ਤੁਸੀਂ ਟੱਪੇ ਨਹੀਂ ਗਏ। ਇਸ ਕਰਕੇ ਹੋਇਆ ਜੋ ਕੁਛ ਮਰਜ਼ੀ, ਉੱਥੇ ਖਾਲਸਾ ਦਾ ਝੰਡਾ ਸੀ, ਗੁਰੂ ਦਾ ਝੰਡਾ ਸੀ, ਕੋਈ ਐਸੀ ਗੱਲ ਨਹੀਂ। ਮੈਂ ਤਾਂ ਉੱਥੇ ਗਿਆ ਯਾਰ, ਸਭ ਤੋਂ ਪਹਿਲਾਂ ਗਿਆ, ਸਭ ਤੋਂ ਲਾਸਟ ਗਿਆ। ਨੌਜਵਾਨਾਂ ਨੇ ਕਿਸੇ ਨੇ ਕੁਛ ਨਹੀਂ ਕੀਤਾ, ਨਾ ਕਿਸੇ ਨੇ ਅਪਮਾਨ ਕੀਤਾ, ਉਹ ਚੜ੍ਹ ਗਿਆ। ਇਹ ਤਾਂ ਝੰਡਾ 1608 ਦਾ ਚੜ੍ਹਿਆ, 1608 'ਚ, 1708 'ਚ, 1808 'ਚ, 1900 ਕੀਤਾ। ਉਹ ਕਿਉਂ ਕੀਤਾ ਵੀ ਜਿਹੜੇ ਲਾਲ ਕਿਲ੍ਹੇ 'ਤੇ ਕੋਈ ਨੌਜਵਾਨ ਨਹੀਂ ਫੜਿਆ ਗਿਆ, ਬਰਾੜੀ 'ਚੋਂ ਸਾਡੇ 9 ਫੜੇ, ਕਿਸਾਨੀ ਯੂਨੀਅਨ ਅੰਮ੍ਰਿਤਸਰ ਦੇ ਟੋਟਲ ਜਿਹੜੇ ਮੁੰਡੇ ਉਹ ਫੜੇ, ਉਹ ਫੜ ਕੇ ਅਸੀਂ ਕਿਹਾ ਵੀ ਉਹਨੂੰ ਰਿਹਾਅ ਕਰੋ। ਮਾਨ ਸਿੰਘ ਨੇ ਕਿਹਾ ਸੰਤ ਜਰਨੈਲ ਸਿੰਘ ਪਿੰਡਾਂ ਦਾ ਜਨਮ ਦਿਨ, ਜੇ ਨਾ ਤੁਸੀਂ ਰਿਹਾਅ ਕੀਤੇ 10 ਦਿਨਾਂ ਬਾਅਦ ਤਾਂ ਮੈਂ ਜਥੇ ਭੇਜੂ ਪੰਜਾਂ ਦੇ। ਫਿਰ ਮੋਦੀ ਤੁਹਾਨੂੰ ਡਰਾਉਂਦਾ ਸੀ ਵੀ ਇਹ ਡਰ ਜਾਣਗੇ ਕਿਸਾਨ। ਅਸੀਂ ਜਦੋਂ ਜਥਾ ਲੈ ਕੇ, ਪਹਿਲਾ ਜਥਾ ਮੈਂ ਅਕਾਲ ਤਖ਼ਤ ਸਾਹਿਬ ਲੈ ਕੇ ਗਿਆ, ਗ੍ਰਿਫਤਾਰੀ ਦਿੱਤੀ, ਪਰ ਮੋਦੀ ਦੀ ਅਖਲਾਕ ਤੌਰ 'ਤੇ ਗ੍ਰਿਫਤਾਰੀ ਉਹ ਸਾਡੀ ਕਰ ਨਹੀਂ ਸਕਿਆ। ਉਹ ਉਹਨਾਂ ਨੇ ਸੋਚਿਆ ਜੇ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ, ਸਾਰੀਆਂ ਜੇਲ੍ਹਾਂ ਭਰ ਜਾਣੀਆਂ ਅਤੇ ਇੱਕ ਮਾਹੌਲ ਹੋਰ ਸਿਰ ਜਾਊਗਾ। ਅਸੀਂ ਇੱਕ ਡਰ ਵੀ ਲਾਤਾ, ਇੱਕ ਮੋਦੀ ਨੂੰ ਚੈਲੰਜ ਵੀ ਕੀਤਾ, ਫਿਰ ਬੀਬੀਆਂ ਦਾ ਜਥਾ ਗਿਆ। ਇਹ ਹੁਣ ਉਦੋਂ ਬਾਅਦ ਕੀ ਹੋਇਆ, ਪਹਿਲਾਂ ਜਦੋਂ ਜੱਜ ਜਵਾਨਤ ਨਹੀਂ ਲੈਂਦਾ ਸੀ, ਜਵਾਨਤਾਂ ਸ਼ੁਰੂ ਕਰਤੀਆਂ, ਫਿਰ ਕਹਿੰਦਾ ਸੀ ਬੌਂਡ ਜਦੋਂ ਭਰਨਾ, ਉਦੋਂ ਕਹਿੰਦੇ ਬੌਂਡ ਪਤਾ ਕੀ ਕਹਿੰਦੇ, ਬੌਂਡ ਭਰਨਾ ਕਹਿੰਦਾ 1.5 ਲੱਖ ਦਾ, ਉਦੋਂ ਬਾਅਦ 20,000 ਦਾ ਬੌਂਡ ਆ ਗਿਆ। ਪਰ ਬੌਂਡ ਤਾਂ ਅਸੀਂ ਆਪ ਭਰੇ, ਮਨਜਿੰਦਰ ਸਿਰਸਾ ਕਹੀ ਜਾਂਦਾ ਮੈਂ ਭਰਿਆ, ਉਹ ਕੋਈ ਭਰੇ ਨਹੀਂ ਪੈਸੇ, ਤੁਸੀਂ ਆਪ ਭਰੇ ਆ। ਇਹ ਸਾਰਾ ਕੁਛ ਡਰਾਮਾ ਸਾਰੇ ਕਰਦੇ ਆ। ਹੁਣ ਅਸੀਂ ਜਥੇ ਜਾਂਦੇ ਹਾਂ ਅਤੇ ਮਨਜਿੰਦਰ ਸਿਰਸਾ ਜਥਾ ਜਦੋਂ ਗ੍ਰਿਫਤਾਰੀ ਨੂੰ ਜਾਂਦਾ, ਕਦੇ ਗੱਲ 'ਚ ਸਰੋਪਾ ਤਾਂ ਪਾਇਆ ਨਹੀਂ, ਕਿਉਂ ਨਹੀਂ ਪਾਇਆ ਵੀ ਜਥਾ ਰਕਾਬਗੰਜ ਤੋਂ ਜਾਂਦਾ, ਕਿਉਂ ਨਹੀਂ ਪਾਉਂਦਾ? ਇਹ ਵੇਖੋ,
ਇਹ ਚੜ੍ਹਦੀ ਦੇ ਸਵਾਰ ਹੁੰਦੇ ਆ, ਇਹ ਚੜ੍ਹਦੇ ਤੇ ਸਵਾਰ ਹੁੰਦੇ ਆ। ਇਹ ਜਥਾ ਸਾਡਾ ਪੰਜਵਾਂ ਬੀਬੀਆਂ ਦਾ ਕਿੱਥੋਂ ਚੱਲਿਆ? ਇਹ ਚੱਲਿਆ ਬਾਬੇ ਬਕਾ ਬਾਬੇ ਬਾਬੇ ਪੰਜ ਸੱਤਵਾਂ ਜਥਾ ਬਾਬੇ ਬਕਾਲੇ ਦੀ ਧਰਤੀ 'ਤੇ ਚੱਲਿਆ। ਬੀਬੀ ਸੁਖਜੀਤ ਕੌਰ ਇਹਦੇ ਲੀਡਰ ਨੇ। 18 ਸਾਲ ਦੀ ਬੱਚੀ ਜਿਹੜੀ ਆ ਸਾਡੀ, ਪਲੱਸ ਟੂ ਦੀ ਪਰਮਪ੍ਰੀਤ ਕੌਰ ਹੈ। ਸਾਡੀ ਹਰਸ਼ਜੋਤ ਕੌਰ ਜਿਹੜੀ ਉਹ 6 ਸਾਲ ਦੀ ਬੱਚੀ ਆ। ਬੀਬੀ ਕਮਲਜੀਤ ਕੌਰ ਇਹਨਾਂ ਦਾ ਪਤੀ ਤਿਹਾੜ ਜ਼ਿਲ੍ਹੇ ਰਹਿ ਕੇ ਆਇਆ। ਬੀਬੀ ਮਨਜੀਤ ਕੌਰ ਇਹ ਜਿਹੜੇ ਰਾਜਸਥਾਨ 'ਚੋਂ ਆਏ ਆ, ਇਹ ਹੁਣ ਗ੍ਰਿਫਤਾਰੀ ਦੇਣਗੇ। ਅਤੇ ਅਗਲਾ ਜਿਹੜਾ ਸਾਡਾ ਜਾਊਗਾ 8ਵਾਂ ਜਥਾ, ਉਹ ਜਾਊਗਾ ਤਰਨ ਤਾਰਨ ਸਾਹਿਬ ਤੋਂ ਜਾਊਗਾ। ਨਾ ਨਾ, ਉਹ ਬੰਦਿਆਂ ਦਾ ਜਾਊਗਾ, ਇਹ ਰਾਜਸਥਾਨ 'ਚ ਆਊਗਾ, ਨਿੰਗਾ ਸਿੰਘਾਂ ਦਾ ਆਊਗਾ, ਸਾਰਿਆਂ ਦਾ। ਹੁਣ ਮੈਂ ਬੇਨਤੀ ਕਰਦਾ ਵੀ ਜਦੋਂ ਆਪਣਾ 585 ਜਥੇਬੰਦੀਆਂ, ਸਾਡੀ ਇੱਕ ਸੋਚ ਹੈ, ਵੇਖੋ ਸਾਡਾ ਇੱਕੋ ਮਕਸਦ ਹੈ। ਵਿਚਾਰਾਂ ਦਾ ਫਰਕ ਹੋ ਸਕਦਾ, ਇਹ ਸਾਰੇ ਪਰਿਵਾਰ 'ਚ ਹੁੰਦੇ ਰਹਿੰਦੇ ਆ। ਜੇ 585 ਜਥੇਬੰਦੀਆਂ, ਮੈਂ ਕਿਸਾਨ ਜਥੇਬੰਦੀ ਨੂੰ ਕਹਿਣਾ ਵੀ ਇੱਕ ਜਥਾ ਟਿੱਕਰੀ ਤੋਂ ਵੀ ਜਾਇਆ ਕਰੇ, ਇੱਕ ਸਿੰਘੂ ਤੋਂ ਵੀ ਜਾਇਆ ਕਰੇ, ਇੱਕ ਗਾਜ਼ੀਪੁਰ ਤੋਂ ਵੀ ਜਾਇਆ ਕਰੇ। ਅਸਲ ਹੱਲ ਰਹਿ ਗਿਆ। ਹੁਣ ਪਤਾ ਕੀ ਕਹਿੰਦੇ ਹੋ, ਹੁਣ ਲਾਲ ਕਿਲੇ 'ਤੇ ਤਾਂ ਕਿੰਨਾ ਰੌਲਾ ਪੈ ਗਿਆ ਵੀ ਸਾਡਾ ਮਾਹੌਲ ਕੋਈ ਸਾਡੇ ਨਹੀਂ, ਇਹੋ ਜਿਹਾ ਉਥਲ ਪੁਥਲ ਹੋ ਗਿਆ। ਹੁਣ ਚੜੂਨੀ ਸਾਹਿਬ ਨੇ ਕਿਹਾ ਕਿ ਆਪਾਂ ਜਾਣਾ ਪਾਰਲੀਮੈਂਟ, ਅਸੀਂ ਤਿਆਰ ਬੈਠੇ ਜਾਣਾ, ਅਸੀਂ ਤਿਆਰ ਬੈਠੇ ਹਾਂ, ਪੈਦਲ ਵੀ ਜਾਵਾਂਗੇ, ਮੋਟਰਸਾਈਕਲ ਜਿਵੇਂ ਕੰਮ ਜਾਵਾਂਗੇ ਅਸੀਂ। ਫਿਰ ਜੇ ਉਹਦੇ ਦੁਆਲੇ ਦੁਆਲੇ ਤਾਂ ਬੈਠਣਾ ਨਹੀਂ, ਅਸੀਂ ਪਾਰਲੀ, ਸਾਡੇ ਕੋਲ ਝੰਡੇ ਵੀ ਹੋਣਗੇ ਕੇਸਰੀ। ਫਿਰ ਉਸ ਤੋਂ ਬਾਅਦ ਫਿਰ ਅਸੀਂ ਕੀ ਕਰਾਂਗੇ, ਫਿਰ ਅਸੀਂ ਪਾਰਲੀਮੈਂਟ ਦੇ ਅੰਦਰ ਵੀ ਵੜਾਂਗੇ, ਫਿਰ ਹੁਣ ਸਪੀਕਰ ਦੀ ਕੁਰਸੀ 'ਤੇ ਵੀ ਬੈਠਾਂਗੇ। ਹਾਂ, ਕਿਉਂਕਿ ਸੈਸ਼ਨ ਤਾਂ ਖਤਮ ਹੈ, ਫਿਰ ਉਹਦੇ ਤੋਂ ਅਸੀਂ ਖਾਲੀ ਕੁਰਸੀਆਂ 'ਤੇ ਫਿਰ ਅਸੀਂ ਬੈਠਾਂਗੇ ਨਾ। ਜਦੋਂ ਖਾਲੀ ਹੈ ਕੰਮ, ਫਿਰ ਬੈਠਣਾ ਤਾਂ ਸਿੱਖਾਂ ਨਹੀਂ ਹੈ। ਫਿਰ ਉਹਦੇ 'ਤੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠਾਂਗੇ। ਉੱਥੇ ਬੈਠ ਕੇ ਅਸੀਂ ਕਿਹਾ ਕਰਾਂਗੇ, ਭਾਈ ਸਾਡੇ ਨਾਲ ਗੱਲ ਕਰ ਲਓ ਇੱਥੇ ਆ ਕੇ, ਜੇ ਤੁਹਾਡੇ ਕੋਲ ਸਮਾਂ ਨਹੀਂ ਪਾਰਲੀਮੈਂਟ 'ਚ ਬੈਠ ਕੇ, ਤਾਂ ਹੁਣ ਅਸੀਂ ਪਾਰਲੀਮੈਂਟ 'ਚ ਖੋਦਾਂਗੇ, ਸਾਡੇ ਨਾਲ ਤੁਸੀਂ ਇੱਥੇ ਆ ਕੇ ਗੱਲ ਕਰ ਲਓ, ਅਸੀਂ ਅੰਦਰ ਬੈਠੇ ਤੁਸੀਂ ਬਾਹਰ ਕਰੋ। ਪਰ ਅਸੀਂ ਮਾਹੌਲ ਨਹੀਂ ਖਰਾਬ ਕਰਾਂਗੇ, ਸ਼ਾਂਤਮਈ ਰਵਾਂਗੇ। ਅਤੇ ਕਿਸਾਨ ਜਥੇਬੰਦੀ ਨੇ ਇਹ ਵੀ ਕਹਿਣਾ ਵੀ ਜਦੋਂ ਇੱਕ ਚਲੇ ਗਏ ਉੱਥੇ ਉੱਠ ਕੇ ਨਾ, ਅੱਜ ਉੱਥੇ ਬਹਿ ਜਾ ਜੇ, ਉੱਥੇ ਬਹਿ ਕੇ ਆਪਾਂ ਮਸਲਾ ਹੱਲ ਕਰਾਂਗੇ। ਅਸੀਂ ਕਿਹੜਾ ਜੰਗ ਜਿੱਤਣੀ ਹੈ? ਅਸੀਂ ਤਾਂ ਕਹਿੰਦਾ ਤਿੰਨੇ ਕਾਲੇ ਕਾਨੂੰਨ ਰੱਦ ਕਰ ਅਤੇ ਡਾਕਟਰ ਸਵਾਮੀਨਾਥਨ ਕਮਿਸ਼ਨ ਨੂੰ ਲਾਗੂ ਕਰ ਦਿਓ, ਇਹ ਜਥੇ ਜਾਂਦੇ ਰਹਿਣਗੇ। ਹੁਣ ਪਤਾ ਕੀ ਕਹਿੰਦੇ ਆ? ਕਹਿੰਦੇ ਜੀ ਫੰਡ ਆ ਗਿਆ, ਕਿਸਾਨ ਯੂਨੀਅਨ ਕੋਲ ਫੰਡ ਆ ਗਿਆ, ਕਹਿੰਦੇ ਬਾਬਿਆਂ ਕੋਲ ਫੰਡ ਆ ਗਿਆ। ਬਈ ਫੰਡ ਤਾਂ ਸਾਡੇ ਕੋਲ ਆਉਣਗੇ, ਮੋਦੀ ਕੋਲ ਕਿੱਥੇ ਫੰਡ ਆਉਂਦਾ, ਨਾਗਪੁਰ ਕੋਲ ਫੰਡ ਕਿੱਥੇ ਆਉਂਦਾ? ਸਾਡੇ ਕੋਲ ਫੰਡ ਆਉਣਗੇ, ਲੰਗਰਾਂ 'ਤੇ ਲੱਗਣਗੇ, ਨਾ ਸਾਰਾ ਕੁਛ ਕਰੂ। ਹੁਣ ਇੱਕ ਮੈਂ ਕਿਸਾਨ ਯੂਨੀਅਨ ਵੀਰਾਂ ਨੂੰ ਕਹਿਣਾ ਵੀ ਤੁਸੀਂ ਉਹਨੂੰ ਅਪੀਲ ਕਰੋ, ਜਿਹੜੇ ਪੰਜਾਬ ਦੇ ਵਿੱਚ ਰੈਲੀਆਂ ਹੋ ਰਹੀਆਂ, ਕਿਉਂ ਹੋ ਰਹੀਆਂ? ਕੌਣ ਬੰਦੇ ਜਾਂਦੇ ਉਹ ਕਿਸਾਨ ਨਹੀਂ ਜਾਂਦੇ? ਹੁਣ ਜਿੰਨਾ ਚਿਰ ਅਸੀਂ ਜਿੱਤਿਆ ਹੀ ਨਹੀਂ, ਕਦੇ ਕਿਤੇ ਰੈਲੀ ਹੋ ਜਾਂਦੀ ਹੈ, ਕਦੇ ਕੇਜਰੀਵਾਲ ਕਰਦਾ, ਕਦੇ ਬਾਦਲ ਕਰਦਾ, ਕੋਈ ਜਿੱਤਿਆ? ਇਹਨਾਂ ਨੂੰ ਵੀ ਘੇਰੋ, ਇਹਨੂੰ ਕਿਉਂ ਨਹੀਂ ਘੇਰਦੇ? ਕਿਉਂਕਿ ਇਹ ਇਕੱਠ ਕਰਕੇ, ਪੰਜਾਬ 'ਚ ਇਕੱਠ ਕਰਕੇ ਕਿਸਾਨਾਂ ਦੀ એનર્ਜੀ ਘਟਾ ਰਹੇ ਆ। ਇਹ ਸਭ ਤੋਂ ਵੱਡੇ ਦੁਸ਼ਮਣ ਆ, ਇਹ ਮੋਦੀ ਦੇ ਯਾਰ ਆ ਜਿਹੜੇ ਹੁਣ ਰੈਲੀਆਂ ਕਰ ਰਹੇ ਆ। ਉਹ ਰੈਲੀ ਉਦੋਂ ਕਰੀਦਾ ਜਦੋਂ ਬੰਦੇ ਜਿੱਤ ਜਾਂਦਾ, ਉਹ ਜਿੱਤ ਕੇ ਰੈਲੀਆਂ ਆਪਾਂ ਕਰ ਲਾਂਗੇ, ਇੱਥੋਂ ਕਿਸਾਨ ਯੋਗਤ ਮੋਰਚਾ ਐਲਾਨ ਕਰੇ, ਕੋਈ ਰੈਲੀਆਂ 'ਚ ਖਤ ਜਾਵੇ ਨਾ। ਜੇ ਆਪਾਂ ਸਿਆਸੀ ਕਹਿਣਾ, ਫਿਰ ਇੱਕ ਗੱਲ ਟਕੈਤ ਸਾਹਿਬ ਨੂੰ ਵੀ ਕਹੋ, ਆਪਾਂ ਬੈਠੇ ਆਪਸ ਵਿੱਚ ਗੱਲ ਸੱਚੀ ਕਰਨੀ ਹੈ। ਅਤੇ ਉਹਦੀ ਸਟੇਜ 'ਤੇ ਸੁਖਬੀਰ ਕੀ ਲੈਣ ਗਿਆ? ਮੋਦੀ ਨੇ ਭੇਜਿਆ, ਕੀ ਲੈਣ ਗਿਆ? ਇੱਥੇ ਚਿੱਟਾਲਾ ਕਿਉਂ ਬੋਲ ਕੇ ਗਿਆ? ਕਿਉਂ ਬੋਲ ਕੇ ਗਿਆ ਬਈ? ਕੇਜਰੀਵਾਲ ਕੀ ਲੈਣ ਆਇਆ ਇੱਥੇ? ਜੇ ਸਿਆਸੀ ਨਹੀਂ ਤਾਂ, ਇਸ ਕਰਕੇ ਇੱਕੋ ਜਿਹਾ ਰੱਖੋ, ਇੱਕੋ ਜਿਹਾ ਰੱਖੋ, ਅਤੇ ਸਾਰੇ ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਇਕੱਠੇ ਹੋ ਜਾਓ। 585 ਹਰੇਕ ਬੰਦੇ ਨੂੰ ਸਟੇਜ 'ਤੇ ਬੁਲਾਇਆ ਕਰੋ, ਹਰੇਕ ਦੀ ਗੱਲ ਸੁਣਿਆ ਕਰੋ। ਕੋਈ ਪਤਾ ਨਹੀਂ ਨਿੱਕੇ ਜਿਹੇ ਬੰਦੇ ਦੀ ਗੱਲ ਬੜੀ ਵਧੀਆ ਹੋ ਜੇ। ਆਪਾਂ ਕਹਿੰਦੇ ਆਪਾਂ ਇੱਕ ਬਗੀਚਾ ਹੈ, ਇੱਕ ਗੁਲਾਬ ਦਾ ਬਗੀਚਾ ਹੈ, ਇਹ ਬਗੀਚੇ ਦੇ ਵਿੱਚ ਗੁਲਾਬ ਦਾ ਵੀ ਫੁੱਲ ਹੈ, ਇਹ ਬਗੀਚੇ ਦੇ ਵਿੱਚ ਫੁੱਲ ਗੇਂਦੇ ਦਾ ਵੀ ਹੈ, ਗਲਦੌਦੀ ਦਾ ਵੀ ਹੈ। ਜੇ ਕੱਲ੍ਹ ਨੂੰ ਗੁਲਾਬ ਕਵੇ ਨਾ ਵੀ ਸਾਰਾ ਬਗੀਚਾ ਮਰ ਜਾਵੇ ਅਤੇ ਮੇਰਾ ਹੀ ਫੁੱਲ ਵੱਡਾ ਵੱਡਾ, ਐਂ ਨਹੀਂ ਚੱਲਣਾ। ਇਸ ਕਰਕੇ ਸਾਰੇ ਇਕੱਠੇ ਹੋ ਜਾਓ, ਮਗਰਲੀਆਂ ਗੱਲਾਂ ਭੁੱਲ ਜਾਓ, ਕਿਉਂਕਿ ਜਦੋਂ ਤੁਹਾਨੂੰ ਮਾਰਨ ਵਾਲਾ ਇੱਕ ਹੈ ਅਤੇ ਮਰਨ ਵਾਲੇ ਤਾਂ ਇਕੱਠੇ ਹੋ ਜਾਓ। ਪਤੰਦਰੋ ਕਿਉਂ ਨਹੀਂ ਇਕੱਠੇ ਹੁੰਦੇ? ਕਹਿੰਦੇ ਮੈਂ ਨਹੀਂ ਬੋਲਣ ਦੇਣਾ। ਅਤੇ ਫਿਰ ਦਾਤੀ ਸਿੱਟਾ ਕੀ ਚੀਜ਼ ਆ ਵੀ ਦੱਸੋ? ਉਹ ਸਿਆਸੀ ਨਹੀਂ? ਦਾਤੀ ਤੁਹਾਡਾ ਕੀ ਚੀਜ਼ ਹੈ? ਉਹ ਸਿਆਸੀ ਨਹੀਂ ਗਾ? ਫਿਰ ਸਾਰੀਆਂ ਗੱਲਾਂ ਸੱਚੀਆਂ ਕਰੋ, ਇਹ ਸੱਚੀਆਂ ਗੱਲਾਂ ਹੁੰਦੀਆਂ ਰਹਿਣੀਆਂ। ਜਿੰਨਾ ਚਿਰ ਤੁਸੀਂ ਸੱਚ ਨਹੀਂ ਕਰਦੇ ਉਹਨਾਂ ਚਿਰ ਗੱਲ ਨਹੀਂ ਬਣਨੀ। ਅਸੀਂ ਲੜਨ ਨੂੰ ਵੀ ਤਿਆਰ ਹਾਂ, ਅਸੀਂ ਮਰਨ ਨੂੰ ਵੀ ਤਿਆਰ ਹਾਂ, ਅਸੀਂ ਤਾਂ ਭਾਈ ਫਰਜ਼ ਕਰਦੇ ਹਾਂ। 36 ਦਿਨ ਸਾਡੇ 9 ਕਿਸਾਨ ਯੂਨੀਅਨ ਅੰਮ੍ਰਿਤਸਰ ਬੰਦੇ ਜੇਲ੍ਹ 'ਚ ਬੰਦ ਹੈ। ਦੱਸੋ ਇੱਕ ਬੰਦੇ ਨੇ ਸਨਮਾਨਿਤ ਕੀਤਾ? ਕਿਹਦੇ ਲਈ? ਕਿਸਾਨੀ ਲਈ। ਅਸੀਂ ਘਰ ਲਈ ਗਏ ਹਾਂ, ਸਾਡੀਆਂ ਬੀਬੀਆਂ ਜੇਲ੍ਹਾਂ 'ਚ ਗਈਆਂ, ਇੱਕ ਕਿਸਾਨ ਮੋਰਚੇ ਨੇ ਕੀਤਾ। ਸਾਡੀ 2 ਸਾਲ ਦੀ ਬੱਚੀ ਗ੍ਰਿਫਤਾਰੀ ਕਿਉਂ ਉੱਥੇ ਦਿੱਤੀ? ਉੱਥੇ ਜਾ ਕੇ ਇਹ ਮੋਰਚੇ ਵਾਲਿਆਂ ਨੇ ਕਿਹਾ ਕਿ ਸਾਡੀ ਬੱਚੀ ਹੈ, ਸਾਡੀ ਧੀ ਹੈ। ਐਂ ਨਹੀਂ ਚੱਲਦਾ ਹੁੰਦਾ ਕੰਮ, ਇਹ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਪੈਂਦੀਆਂ। ਜਿਹੜਾ ਬੰਦਾ ਚੰਗਾ ਕੰਮ ਕਵੇ, ਭਾਵੇਂ ਦੁਸ਼ਮਣ ਵੀ ਕਰੇ, ਉਹਨੂੰ ਚੰਗਾ ਕਹਿਣਾ ਚਾਹੀਦਾ। ਇਸ ਕਰਕੇ ਸਾਰੇ ਇਕੱਠੇ ਹੋ ਜਾਓ, ਮੈਂ ਵਾਸਤਾ ਪਾਉਣਾ, ਇਕੱਠੇ ਹੋ ਜਾਓ, ਇਕੱਠੇ ਹੋ ਜਾਓ, ਇਕੱਠੇ ਹੋ ਜਾਓ। ਜੇ ਅੱਡ ਅੱਡ ਲੈ ਗਏ ਤਾਂ ਤੁਹਾਨੂੰ ਮੋਦੀ ਨੇ ਖਿਲਾਰ ਕੇ ਰੱਖ ਦੇਣਾ। ਸੋ ਮਾਤਾ ਜੀ, ਤੁਸੀਂ ਰਾਜਸਥਾਨ ਤੋਂ ਆਏ ਹੋ, ਤੁਸੀਂ ਪਹਿਲਾ ਜਥਾ ਤੁਹਾਡਾ ਰਵਾਨਾ ਹੋ ਰਿਹਾ, ਤੁਸੀਂ ਪਹਿਲਾਂ ਵੀ ਗ੍ਰਿਫਤਾਰੀ ਦਿੱਤੀ ਹੈ? ਨਹੀਂ ਜੀ, ਪਹਿਲਾਂ ਹੁਣ 7ਵਾਂ ਜਥਾ ਜੀ। ਹਾਂ, ਰਾਜਸਥਾਨ ਚ ਲੱਗਦਾ ਕਿ ਤਸ਼ੱਦਦ ਵੀ ਹੋ ਸਕਦਾ, ਜ਼ਮੀਨਾਂ ਸਾਡੀਆਂ ਖੋਹੀਆਂ ਗਈਆਂ, ਹੱਥ ਪੈਰ ਵੱਢ ਲਏ ਸਮਝੋ, ਹੁਣ ਅਸੀਂ ਕਿਹੜਾ ਜਿਉਂਦੇ ਹਾਂ? ਹੁਣ ਇਹ ਕਹਿਣੇ ਅਸੀਂ ਤਾਂ ਵੀ ਜੇਲ੍ਹਾਂ ਭਰ ਲਓ,
ਰਸਤਾ ਮਰਿਆ ਅਰਗੇ ਸਾਰੇ ਭੈਣ ਭਰਾ ਹੀ ਮਰਿਆ ਮਰਗੇ ਘਰੇ ਬੈਠੇ ਜਿਉਂਦੇ ਨਹੀਂ ਅਸੀਂ ਅਸੀਂ ਤਾਂ ਕਹਿਣਾ ਜੇਲ੍ਹ ਭਰਾਂਗੇ ਵੱਧ ਤੋਂ ਵੱਧ ਜੇਲ੍ਹ ਭਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਦਰ ਤੁਹਾਡੇ ਪਤੀ ਨੂੰ ਕਿੱਥੋਂ ਚੁੱਕਿਆ ਸੀ ਤਾਂ ਕਿੰਨੇ ਦਿਨ ਹੋ ਜੇ ਮੇਰੇ ਹਸਬੈਂਡ ਨੂੰ ਬਰਾੜੀ ਗਰਾਊਂਡ ਤੋਂ ਚੱਕਿਆ ਸੀਗਾ ਤੇ ਉਹ 24 ਦਿਨ ਜੇਲ੍ਹ ਕੱਟ ਕੇ ਆਏ ਨਾਲ ਮੇਰੇ ਬ੍ਰਦਰ ਵੀ ਸੀਗੇ ਬ੍ਰਦਰ ਵੀ ਸੀ ਹਾਂਜੀ ਤਾਂ ਤੁਸੀਂ ਕਿਉਂ ਸੋਚਿਆ ਕਿ ਮੈਨੂੰ ਵੀ ਹੁਣ ਗ੍ਰਿਫਤਾਰੀ ਦੇਣੀ ਚਾਹੀਦੀ ਹੈ ਉਹ ਹੁਣ ਜੇਲ੍ਹ ਚੋਂ ਬਾਹਰ ਨੇ ਜਾਂ ਅਜੇ ਵੀ ਉੱਥੇ ਨਹੀਂ ਹੁਣ ਜੇਲ੍ਹ ਤੋਂ ਬਾਹਰ ਆ ਉਹ ਤੇ ਗ੍ਰਿਫਤਾਰੀ ਦੇਣ ਦਾ ਇਦਾਂ ਪਈ ਹੁਣ ਅਸੀਂ ਆਪਣੇ ਹੱਕਾਂ ਲਈ ਦੇਣ ਲੱਗੇ ਆ ਅਸੀਂ ਕਿਹੜਾ ਮੋਦੀ ਕੋਲੋਂ ਕੁਝ ਉਹਦੀ ਚ ਪ੍ਰਾਪਰਟੀ ਥੋੜੀ ਮੰਗਦੇ ਅਸੀਂ ਆਪਣੇ ਹੱਕ ਮੰਗਦੇ ਆ ਜੋ ਸਾਡਾ ਹੱਕ ਹੈ ਸਾਨੂੰ ਦੇ ਦੇਵੇ ਅਸੀਂ ਉੱਥੇ ਕਾਨੂੰਨ ਮੰਗੇ ਥੋੜੀ ਆ ਉਹ ਸਾਡੇ ਤੇ ਥੋਪਦੇ ਪਏ ਹੁਣ ਤੁਸੀਂ ਆਪਣੀ ਅਸੀਂ ਆਪਣੀ ਐਗਜ਼ਾਮਪਲ ਲਈ ਅਸੀਂ ਸਾਨੂੰ ਕੋਈ ਚੀਜ਼ ਦੇਵੇ ਅਸੀਂ ਕਹੇ ਤਾਂ ਭਾਜੀ ਸਾਨੂੰ ਨਹੀਂ ਚਾਹੀਦੀ ਅਗਲਾ ਕਹਿੰਦਾ ਠੀਕ ਆ ਭਾਈ ਨਹੀਂ ਚਾਹੀਦੀ ਠੀਕ ਆ ਮੋਦੀ ਨੂੰ ਇੰਨੀ ਸਿੰਪਲ ਜਿਹੀ ਗੱਲ ਨਹੀਂ ਸਮਝ ਆਉਂਦੀ ਪਰ ਸਾਨੂੰ ਉਹਦੇ ਕਾਨੂੰਨ ਚਾਹੀਦੇ ਨੇ ਸਾਨੂੰ ਫਿਰ ਵੀ ਜ਼ਬਰਦਸਤੀ ਦੇਈ ਜਾ ਰਿਹਾ ਆ ਜਦ ਲੈਣ ਵਾਲੇ ਕਹਿੰਦੇ ਭਾਈ ਨਹੀਂ ਚਾਹੀਦੇ ਨਹੀਂ ਚਾਹੀਦੇ ਸਾਨੂੰ ਕਿਉਂ ਦਿੰਦੇ ਪਏ ਹੋ ਇਹ ਸਾਡੇ ਵਿੱਚ ਰੋਸ ਆ ਪਹਿਲੇ ਨੰਬਰ ਤੇ ਤਾਂ ਕਿਸਾਨ ਆਪਣਾ ਹੱਕ ਮੰਗਦੇ ਸੀ ਤੁਸੀਂ ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਬੰਦ ਕਰਤਾ ਝੂਠੇ ਪਰਚੇ ਪਾਤੇ ਲਾਈਫ ਸਮਝ ਲਓ ਬਰਬਾਦ ਕਰ ਦਿੱਤੀਆਂ ਉਹਨਾਂ ਦੀਆਂ ਤੇ ਫਿਰ ਤੁਸੀਂ ਕਿਸਾਨੀ ਹੁਣ ਮਸਲੇ ਹੱਲ ਨਹੀਂ ਕਰਦੇ ਪਏ 3-4 ਮਹੀਨੇ ਹੋ ਗਏ ਇੱਥੇ ਕਿਸਾਨ ਡਟੇ ਹੋਏ ਸੀ ਆ ਰਹੇ ਸੀ ਰਸਤੇ ਵਿੱਚ ਦੇਖ ਕੇ ਮਨ ਬਹੁਤ ਪਰੇਸ਼ਾਨ ਹੋ ਰਿਹਾ ਸੀ ਵੀ ਕਿਹਨਾਂ ਹਾਲਾਤਾਂ ਵਿੱਚ ਸਾਡੇ ਬਜ਼ੁਰਗ ਇੱਥੇ ਬੈਠੇ ਹੋਏ ਆ ਬੱਚੇ ਆ ਨੌਜਵਾਨ ਆ ਨੌਜਵਾਨਾਂ ਹੁਣ ਦੇਖੋ ਫਸਲਾਂ ਦਾ ਟਾਈਮ ਆ ਨੌਜਵਾਨਾਂ ਨੇ ਫਸਲਾਂ ਸਾਹਮਣੇ ਇੱਥੇ ਧੱਕੇ ਖਾ ਰਹੇ ਆ ਕਿਉਂ ਖਾ ਰਹੇ ਆਪਣੇ ਹੱਕਾਂ ਦੀ ਖਾਤਰ ਤੇ ਮੋਦੀ ਸਾਨੂੰ ਸਾਡੇ ਹੱਕ ਦੇ ਦੇਵੇ ਇਹ ਸਾਡੇ ਵਿੱਚ ਰੋਸ ਆ ਵੀ ਸਾਡੇ ਜਿਹੜੀਆਂ ਮੰਗਾਂ ਉਹ ਮੰਨਦੇ ਨਹੀਂ ਜੇ ਨਹੀਂ ਮੰਨਣੀਆਂ ਤਾਂ ਤੁਸੀਂ ਜੇਲ੍ਹਾਂ ਭਰ ਲਓ ਸਾਡੇ ਨਾਲ ਸਾਡੇ ਅਸੀਂ ਵੀ ਤਿਆਰ ਆ ਸਾਡੇ ਬੱਚੇ ਵੀ ਤਿਆਰ ਆਈ ਹੋਈ ਮੇਰੀ ਬੇਟੀ ਨਾਲ ਸਾਨੂੰ ਪਾ ਲਓ ਜੇਲ੍ਹਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪਹਿਲੇ ਜਥੇ ਨੂੰ ਲੀਡ ਕਰ ਰਹੇ ਹੋ ਜਾਂ ਜਿੰਨੇ ਵੀ ਜਥੇ ਹੁਣ ਤੱਕ ਗਏ ਨੇ ਤਾਂ ਉਹਨਾਂ ਦੇ ਵਿੱਚ ਸ਼ਾਮਿਲ ਨਹੀਂ ਜੀ ਪਹਿਲੇ ਜਥੇ ਨੂੰ ਲੀਡ ਕਰ ਰਹੀ ਹਾਂ ਮੈਂ ਹਾਂਜੀ ਚੜ੍ਹਦੀ ਕਲਾਈ ਫਿਰ ਹਾਂਜੀ ਚੜ੍ਹਦੀ ਕਲਾਈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪਰਮਪ੍ਰੀਤ ਕੌਰ ਹੈ ਮੈਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਆਈ ਹਾਂ ਅਤੇ ਪਿਤਾ ਜੀ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਬਰਾੜੀ ਗਰਾਊਂਡ ਤੋਂ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਉਹਨਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਤਿਹਾੜ ਜੇਲ੍ਹ ਵਿੱਚ 22 ਦਿਨ ਰੱਖਿਆ ਗਿਆ ਸੀ ਉਹਨਾਂ ਨੂੰ ਹਾਂਜੀ ਤਾਂ ਕਿਵੇਂ ਲੱਗਦਾ ਕਿ ਸਾਡੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੇਰੇ ਪਿਤਾ ਨੂੰ ਵੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਤਾਂ ਹੁਣ ਤੁਸੀਂ ਕਿਉਂ ਗ੍ਰਿਫਤਾਰੀ ਦੇਣ ਜਾ ਯੰਗਸਟਰ ਹੈਗੇ ਹੋ ਨੌਜਵਾਨ ਹੈਗੇ ਹੋ ਤਾਂ ਕਿੱਦਾਂ ਸੋਚਿਆ ਕਿ ਮੈਂ ਵੀ ਗ੍ਰਿਫਤਾਰੀ ਦੇਣੀ ਹੈ ਕਿਉਂਕਿ ਬਹੁਤ ਲੰਬੀ ਉਮਰ ਪਈ ਹੈ ਜੀ ਹਾਂਜੀ ਜਿਹੜੇ ਸਾਡੇ ਕਿਸਾਨ ਉਹ ਵੀ ਤਾਂ ਸਾਡੇ ਹੀ ਨੇ ਨਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਰੱਖਿਆ ਹੋਇਆ ਉੱਥੇ ਉਹਨਾਂ ਨੂੰ ਰਿਹਾਅ ਕਰਨ ਉਹਨਾਂ ਨੂੰ ਹੈ ਨਾ ਉਹਨਾਂ ਦੇ ਜਿਹੜੇ ਪਰਚੇ ਆ ਉਹ ਰੱਦ ਕਰਨ ਜਿਹੜੇ ਸਾਡੇ ਜੇ ਆਪਾਂ ਕਹਿੰਦੇ ਹਾਂ ਕਿ ਕਾਨੂੰਨ ਸਾਰਿਆਂ 'ਤੇ ਇੱਕ ਲਾਗੂ ਹੁੰਦਾ ਤਾਂ ਜਿਹੜੇ ਸਾਡੇ ਕਿਸਾਨ 250 ਕਿਸਾਨ ਤੋਂ ਉੱਤੇ ਜਿਹੜੇ ਇੱਥੇ ਸ਼ਹੀਦ ਹੋ ਗਏ ਨੇ ਉਹਨਾਂ ਦਾ ਕੌਣ ਜ਼ਿੰਮੇਵਾਰ ਹੈ ਮੋਦੀ 'ਤੇ ਕੋਈ ਪਰਚਾ ਦਰਜ ਕਿਉਂ ਨਹੀਂ ਹੁੰਦਾ ਜੀ ਪਰ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਵੀ ਜਿਹੜਾ ਉਹ ਬੜਾ ਮਾੜਾ ਹੁੰਦਾ ਕਈ ਵਾਰ ਤਸ਼ੱਦਦ ਵੀ ਕਰਦੇ ਨੇ ਕਈ ਭੱਦੇ ਸਲੂਕ ਵੀ ਹੁੰਦੇ ਆ ਔਰਤਾਂ ਦੇ ਨਾਲ ਲੱਗਦਾ ਨਹੀਂ ਕਿ ਸਾਡੇ ਨਾਲ ਵੀ ਇਦਾਂ ਦਾ ਕੁਝ ਹੋ ਸਕਦਾ ਨਹੀਂ ਜੀ ਅਸੀਂ ਡਟ ਕੇ ਸਾਹਮਣਾ ਕਰਾਂਗੇ ਡਟ ਕੇ ਸਾਹਮਣਾ ਕਰਾਂਗੇ ਸੋ ਆ ਛੋਟੀ ਜਿਹੀ ਬੱਚੀ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਗ੍ਰਿਫਤਾਰੀ ਦੇਣ ਜਾ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਤੁਹਾਡਾ ਹਰਸ਼ਜੋਤ ਕੌਰ ਹਰਸ਼ਜੋਤ ਕੌਰ ਜੀ ਡਰ ਤਾਂ ਨਹੀਂ ਲੱਗ ਰਿਹਾ ਨਹੀਂ ਪੁਲਿਸ ਵਾਲੇ ਤੋਂ ਡਰ ਨਹੀਂ ਲੱਗਦਾ ਨਹੀਂ ਜੀ ਜੇਲ੍ਹ ਦੇ ਵਿੱਚ ਰਹਿ ਲੋਗੇ ਹਾਂਜੀ ਸੋ ਦਰਸ਼ਕੋ ਜਜ਼ਬਾ ਤੁਸੀਂ ਦੇਖ ਸਕਦੇ ਹੋ ਛੋਟੀ ਜਿਹੀ ਬੱਚੀ ਦਾ ਕਿ ਪੁਲਿਸ ਤੋਂ ਡਰ ਨਹੀਂ ਲੱਗਦਾ ਜੇਲ੍ਹ ਜਾਣਾ ਆ ਆਪਣੇ ਪਰਿਵਾਰ ਦੇ ਨਾਲ ਤਾਂ ਖੁਸ਼ ਹੈ ਨਾਲ ਜਾਣ ਲਈ ਤਾਂ ਨਾਲ ਸਾਡੇ ਇੱਕ ਹੋਰ ਭੈਣ ਜੀ ਮੌਜੂਦ ਨੇ ਜਿਨ੍ਹਾਂ ਦੀ ਛੋਟੀ ਜਿਹੀ ਬੱਚੀ ਵੀ ਗ੍ਰਿਫਤਾਰ ਕਰ ਲਈ ਗਈ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਪਹਿਲਾਂ ਵੀ ਜਥੇ ਦੇ ਵਿੱਚ ਗ੍ਰਿਫਤਾਰੀ ਦਿੱਤੀ ਹਾਂਜੀ ਹਾਂਜੀ ਪਹਿਲੇ ਜਥੇ ਦੇ ਨਾਲ ਪਹਿਲੀ ਗ੍ਰਿਫਤਾਰੀ ਅਸੀਂ ਦਿੱਤੀ ਸੀ ਮੇਰੀ 2 ਸਾਲ ਦੀ ਬੱਚੀ ਵੀ ਯਸ਼ਵੀ ਕੌਰ ਨਾਲ ਗਈ ਸੀ ਮੇਰੇ ਕਿੱਥੋਂ ਗ੍ਰਿਫਤਾਰ ਕੀਤਾ ਸੀ ਸਾਨੂੰ ਰਕਾਬਗੰਜ ਸਾਹਿਬ ਤੋਂ ਅਸੀਂ ਜਦੋਂ ਪਾਰਲੀਮੈਂਟ ਲਈ ਜਾ ਰਹੇ ਸੀਗੇ ਤਾਂ ਸਾਨੂੰ ਉੱਥੋਂ ਗ੍ਰਿਫਤਾਰ ਕੀਤਾ ਸੀ ਉਹਨਾਂ ਨੇ ਪਾਰਲੀਮੈਂਟ ਦੇ ਕੋਲੋਂ ਤੁਹਾਨੂੰ ਗ੍ਰਿਫਤਾਰ ਕੀਤਾ ਸੀ ਤਾਂ ਰਾਹ ਵਿੱਚ ਕੋਈ ਦਿੱਕਤਾਂ ਵੀ ਆਈਆਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਕੋਈ ਭੱਦਾ ਸਲੂਕ ਤਾਂ ਨਹੀਂ ਕੀਤਾ ਤੁਹਾਡੇ ਨਾਲ ਬਹੁਤ ਦਿੱਕਤਾਂ ਆਈਆਂ ਸੀ ਜੀ ਸਾਨੂੰ ਜਦੋਂ ਉਹਨਾਂ ਨੇ 3 ਵਜੇ ਗ੍ਰਿਫਤਾਰ ਕੀਤਾ ਸੀ ਪਹਿਲਾਂ ਤਾਂ ਸਾਨੂੰ ਰਾਤ ਨੂੰ ਹੀ ਰਸਤੇ ਇੱਥੇ ਜਦੋਂ ਅਸੀਂ ਰਾਤ ਨੂੰ ਆਏ ਸੀ 1:45 'ਤੇ ਸਾਨੂੰ ਮੋਤੀ ਨਗਰ ਥਾਣੇ ਦੇ ਕੋਲੋਂ ਉਹਨਾਂ ਨੇ ਅਰੈਸਟ ਕਰ ਲਿਆ ਸੀ ਸਾਨੂੰ ਕਹਿੰਦੇ ਸੀ ਝੰਡੇ ਲਾਓ ਅਸੀਂ ਆਖਿਆ ਗੁਰੂ ਸਾਹਿਬ ਦੇ ਝੰਡੇ ਕਦੇ ਨਹੀਂ ਲੈਣਗੇ ਇਹ 1604 ਤੋਂ 450 ਸਾਲ ਤੋਂ ਨਿਸ਼ਾਨ ਸਾਹਿਬ ਝੂਲ ਰਿਹਾ ਅਤੇ ਇਹਨੂੰ ਲਾਉਣ ਵਾਲਾ ਤਾਂ ਕੋਈ ਜੰਮੇ ਹੀ ਨਹੀਂ ਹਜੇ ਤੱਕ ਵੀ ਜਿਹੜੇ ਸਾਡੇ ਗੁਰੂਆਂ ਨੇ ਝੰਡੇ ਚਲਾਏ ਆ ਅਸੀਂ ਕਦੇ ਨਹੀਂ ਲਾਵਾਂਗੇ ਅਤੇ ਉਹ ਅਸੀਂ ਗ੍ਰਿਫਤਾਰੀ ਦੇਣ ਲਈ ਆਏ ਹਾਂ ਅਸੀਂ ਸ਼ਾਂਤਮਈ ਢੰਗ ਦੇ ਨਾਲ ਗ੍ਰਿਫਤਾਰੀ ਦੇਣੀ ਹੈ ਅਸੀਂ ਕੋਈ ਹਲਚਲ ਨਹੀਂ ਕਰ ਰਹੇ ਅਤੇ ਕੋਈ ਅਸੀਂ ਕੋਈ ਗਲਤ ਤੁਹਾਡੀ ਕੋਈ ਪ੍ਰੋਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਸੀਂ ਕੋਈ ਕ੍ਰਾਈਮ ਨਹੀਂ ਕੀਤਾ ਅਤੇ ਪਰ ਉਹਨਾਂ ਨੇ ਕਿਹਾ ਕਿ ਝੰਡੇ ਲਾਓ ਅਸੀਂ ਝੰਡੇ ਲੈ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਵਾਂਗੇ ਫਿਰ ਅਸੀਂ ਆਖਿਆ ਵੀ ਝੰਡੇ ਤਾਂ ਗੁਰੂਆਂ ਦੇ ਅਸੀਂ ਇਹ ਨਹੀਂ ਲਾਵਾਂਗੇ ਗੁਰਦੁਆਰਾ ਸਾਹਿਬ ਤਾਂ ਵੀ ਇਹੀ ਝੰਡਾ ਲੱਗਾ ਹੋਇਆ ਅਸੀਂ
ਜਿਹੜੇ ਨਿਸ਼ਾਨ ਸਾਹਿਬ ਲੱਗੇ ਹੋਏ ਬਾਹਰ ਕੰਟਰੀਆਂ ਦੇ ਵਿੱਚ ਦੇਖ ਲਓ, ਜਿਹੜੇ ਉਹਨਾਂ ਦੇ ਝੰਡਿਆਂ ਦੇ ਨਾਲ ਨਿਸ਼ਾਨ ਸਾਹਿਬ ਝੂਲਦੇ ਹੈ ਅਤੇ ਉਹਨਾਂ ਨੂੰ ਪ੍ਰਾਊਡ ਹੈ, ਅਤੇ ਇਹ ਮੋਦੀ ਸਰਕਾਰ ਨੂੰ ਇਹ ਦੁੱਖ ਕਿਉਂ ਹੈ? ਇਹ ਨਿਸ਼ਾਨ ਸਾਹਿਬ ਕਿਉਂ ਚੁੱਭਦਾ? ਇਹ ਗੁਰੂ ਦਾ ਨਿਸ਼ਾਨ ਸਾਹਿਬ ਹੈ, ਇਸ ਤਿਰੰਗੇ ਨੂੰ ਬਚਾਉਣ ਵਾਲਾ, ਸ਼ਹੀਦੀਆਂ ਪਾਉਣ ਵਾਲਾ, ਕਿੰਨੇ ਸਿੰਘਾਂ ਸਿੰਘਣੀਆਂ ਨੇ ਸ਼ਹੀਦੀਆਂ ਦਿੱਤੀਆਂ, ਅਤੇ ਅਸੀਂ ਵੀ ਮਾਈ ਭਾਗੋ ਦੀਆਂ ਵਾਰਸ ਹੈ। ਜੇ ਸਾਡੇ ਵੀਰ ਝੂਠੇ ਪਰਚਿਆਂ ਦੇ ਵਿੱਚ ਪਾ ਕੇ ਇਹਨਾਂ ਨੇ ਜੇਲ੍ਹਾਂ ਦੇ ਵਿੱਚ ਸਿੱਟੇ ਹੋਏ ਹੈ, ਅਤੇ ਅਸੀਂ ਕਹਿੰਦੇ ਹਾਂ ਜਿਹੜੇ ਗੋਦਾਮ ਜਿਹੜੇ ਇਹਨਾਂ ਨੇ ਬਣਾਏ ਹੋਏ ਆ ਅਡਵਾਨੀਆਂ ਦੇ ਨਾਂ ਰਲ ਕੇ ਆਪਦੇ, ਅਤੇ ਉਹਨਾਂ ਗੋਦਾਮਾਂ ਨੂੰ ਸਾਡੀਆਂ ਗ੍ਰਿਫਤਾਰੀਆਂ ਦੇ ਨਾਲ ਭਰ ਲਓ। ਅਸੀਂ ਤਿਆਰ ਹਾਂ, ਅਸੀਂ ਸ਼ਹੀਦੀਆਂ ਪਾਉਣ ਨੂੰ ਵੀ ਤਿਆਰ ਹਾਂ। ਅਸੀਂ ਮਾਈ ਭਾਗੋ ਦੀਆਂ ਵਾਰਸ ਹੈ, ਜਿਨ੍ਹਾਂ ਨੇ ਬੀਬੀਆਂ ਉਹ ਵੀ ਸੀਗੀਆਂ ਜਿਨ੍ਹਾਂ ਨੇ ਅੰਗ ਅੰਗ ਕਟਵਾ ਕੇ ਆਪਦੇ ਬੱਚਿਆਂ ਦੇ ਗਲਾਂ 'ਚ ਹਾਰ ਪਵਾਲੇ ਸੀ। ਅਸੀਂ ਉਸ ਕੌਮ ਦੀਆਂ ਬੱਚੀਆਂ, ਅਸੀਂ ਹਾਰਨ ਵਾਲੀਆਂ ਨਹੀਂ। ਅਸੀਂ ਆਪਦੇ ਵੀਰਾਂ ਨੂੰ ਬਾਹਰ ਕਢਾਵਾਂਗੇ, ਅਸੀਂ ਝੂਠੇ ਪਰਚੇ ਰੱਦ ਕਰਾਵਾਂਗੇ, ਕਾਲੇ ਕਾਨੂੰਨ ਵਾਪਸ ਕਰਾਵਾਂਗੇ। ਜੇ ਮੋਦੀ ਸਰਕਾਰ ਦੇ ਕੰਨ 'ਤੇ ਜੂ ਨਹੀਂ ਸਰਕ ਰਹੀ ਤਾਂ ਸਾਨੂੰ ਚੌਂਕਾਂ ਦੇ ਵਿੱਚ ਖੜਾ ਕੇ ਗੋਲੀਆਂ ਮਾਰ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸੋ ਦਰਸ਼ਕੋ, ਤੁਸੀਂ ਦੇਖਿਆ ਕਿ ਜਜ਼ਬਾਤ ਕਹਿ ਰਹੇ ਨੇ ਕਿ ਅਸੀਂ ਡਰਨ ਵਾਲੀ ਕੌਮ ਨਹੀਂ, ਅਸੀਂ ਡਟ ਕੇ ਮੁਕਾਬਲਾ ਕਰਾਂਗੇ ਜਦ ਤੱਕ ਇਹ ਬਿੱਲ ਰੱਦ ਨਹੀਂ ਹੁੰਦੇ, ਝੂਠੇ ਪਰਚੇ ਰੱਦ ਨਹੀਂ ਹੁੰਦੇ, ਜਿਹੜੇ ਜੇਲ੍ਹਾਂ ਦੇ ਵਿੱਚ ਆ ਉਹ ਰਿਹਾ ਨਹੀਂ ਹੁੰਦੇ ਤਦ ਤੱਕ ਇਹ ਇੱਦਾਂ ਦੀ ਜਦੋ ਜਹਿਦ ਜਿਹੜੀ ਉਹ ਚੱਲਦੀ ਰਹੇਗੀ। ਇੱਦਾਂ ਜਿਹੜਾ ਜੇਲ੍ਹ ਭਰੋ ਅੰਦੋਲਨ ਹੈ ਉਹ ਚੱਲਦਾ ਰਹੇਗਾ। ਤੁਸੀਂ ਦੇਖਿਆ ਸੀਗਾ ਕਿ ਟ੍ਰੇਲ ਰੋਕੋ ਅੰਦੋਲਨ ਵੀ ਚੱਲਿਆ, ਕਿਸਾਨੀ ਅੰਦੋਲਨ ਵੀ ਚੱਲ ਰਿਹਾ, ਅਤੇ ਜੇਲ੍ਹ ਭਰੋ ਅੰਦੋਲਨ ਵੀ ਚੱਲ ਰਿਹਾ। ਸੋ ਬਣੇ ਰਹੋ ਪੰਜਾਬ ਨਿਊਜ਼ ਨਾਲ, ਇਸੇ ਤਰ੍ਹਾਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।